ਵੀਡੀਓ ਵਾਚ ਕਰਨੀ ਹੈ ਵੇਲੇ ਮੁੰਡੇ ਨਾਲ ਮੇਰੇ ਕੀ ਮਾਮਲਾ ਤੈਨ ਵੇਲਾ ਮੁੰਡਾ ਮੇ ਕੋਈ ਜਾਂ ਕਿਆ ਖੇਸੀ ਨਨ ਪ੍ਰਮੋਸ਼ਨ ਕਰਵਾਉਣਾ ਚਾਹੰਦ ਕਿਉਂਕਿ ਵੇਲੇ ਮੁੰਡੇ ਮਿਲਣ ਦੇ ਮੈਂ ਕਾਫੀ ਵੇਰੀ ਹੁੰਦਾ ਕਰਨਾ ਚਾਹਨਾ ਤੇ ਥੰਬਨੇਲ ਪੜ੍ਹ ਕੇ ਤੁਸੀਂ ਸਮਝ ਗਏ ਹੋ ਸੋ ਕਿ ਜ਼ੈਦ ਮਸਤੋਈ ਜ਼ੈਦ ਮਸਤੋਈ ਵੇਲੇ ਮੁੰਡੇ ਦੇ ਬਾਰੇ ਵੀਡੀਓ ਬਣਾਈ ਤਾਂ ਥੋੜੀ ਜਿਹੀ ਉਹ ਵੀਡੀਓ ਮੈਂ ਵਿੱਚ ਲਾ ਦੇਣਾ ਹਾਂ ਵੇਲੇ ਮੁੰਡਾ ਮੇਰੀ ਗਾਲ ਸੁਣ ਕੰਨ ਖੋਲ ਤੇ ਮੇਰੀ ਗਾਲ ਸੁਣ ਉਸ ਤੋਂ ਬਾਅਦ ਜਿਹੜਾ ਨਾ ਜ਼ਹਿਦ ਮਸਤੋਈ ਔਰ ਵਿਲਮਾ ਮੁੰਡਾ ਦੀ ਅੱਛੀ ਖਾਸੀ ਜਿਹੜਾ ਨਾ ਦੋਸਤੀ ਤੋਂ ਦਰਾਲ ਪੈ ਗਈ ਤੇ ਉਸ ਕਾਫੀ ਇੱਕ ਵੀਡੀਓ ਉਹਦੇ ਖਿਲਾਫ ਬਣਾਈਆਂ ਤੇ ਮੈਂ ਵੀ ਪਿਛਲੀ ਵੀਡੀਓ ਇਸ ਗੁਜ਼ਾਰਿਸ਼ ਵਾਸਤੇ ਬਣਾਈ ਗਈ ਕਿ ਜ਼ਹਿਦ ਮਸਤੋਈ ਔਰ ਵਿਲਮਾ ਮੁੰਡਾ ਇਸ ਤਰੀਕੇ ਅਗਰ ਕਰਿੰਦੇ ਰਹਿ ਤੇ ਇਹਦਾ ਅੰਜਾਮ ਬੜਾ ਬੁਰਾ ਹੋਸੀ ਤੇ ਤਕਰੀਬਨ 3 ਦਿਹਾੜੇ ਪਹਿਲੇ ਜ਼ਹਿਦ ਮਸਤੋਈ ਹੁਣ ਕਿੱਥੇ ਜਾ ਕੇ ਕਹਾਣੀ ਪਹੁੰਚੀ ਹੈ ਇਹ سلسلہ ਚੱਲਿਆ ਕਿੱਥੇ ਜਾ ਕੇ ਨਿਜ਼ਾਮ ਰੁਕਿਆ ਕਿੱਥੇ ਜਾ ਕੇ ਵੀਡੀਓ ਰੁਕਿਆ ਇਸ ਵੀਡੀਓ ਤੇ ਤੁਸੀਂ ਇਹ ਜਾਣ ਸੋ ਤੇ ਇਸ ਵਜ੍ਹਾ ਤੋਂ ਮੈਂ ਵੀ ਥੋੜੇ ਜਿਹੜਾ ਨਾ ਐਕਟਿੰਗ ਕਰਨਾ ਚਾਹੁੰਦਾ ਜ਼ੈਦ ਮਸਤੋਈ ਤੇ ਵੈਲਾ ਮੁੰਡਾ ਤੂੰ ਸੁਣਦਾ ਪਈ ਮੇਰੀ ਗੱਲ ਤੇ ਜ਼ੈਦ ਮਸਤੋਈ ਔਰ ਮੁਹੰਮਦ ਸ਼ਹਾਜ਼ਾਦ ਉਰ ਵੈਲਾ ਮੁੰਡਾ ਦੋਵੇਂ ਮੇਰੇ ਭਾਈ ਅਨਸਰਾਈ ਕੀ ਲੋਕ ਅੱਜ ਮੈਂ ਤੁਹਾਡੇ ਨਾਲ ਭਾਈ ਇਹ ਗੱਲ ਕਰਨਾ ਚਾਹਨਾ ਕਿ ਜਿਹੜਾ ਨਾ ਜਿਹੜਾ ਵੈਲਾ ਮੁੰਡਾ ਹੈ ਜਿਹੜਾ ਨਾ ਉਹ ਆਪਣੀ ਜਗ੍ਹਾ ਤੇ ਠੀਕ ਹੈ ਜਿਹੜਾ ਜ਼ੈਦ ਮਸਤੋਈ ਉਹ ਆਪਣੀ ਜਗ੍ਹਾ ਤੇ ਠੀਕ ਹੈ ਅਸਾਂ ਵੀ ਇਹੋ ਚਾਹੁੰਦੇ ਆਂ ਸੇ ਕਿ ਇਹ ਦੋਵੇਂ ਰਲ ਮਿਲ ਕੇ ਜਿਹੜਾ ਨਾ ਸੁਲਾ ਕਰਨ ਔਰ ਆਲ ਮਿਲ ਕੇ ਕੰਮ ਕਰਨ ਤੇ ਜ਼ੈਦ ਮਸਤੋਈ ਤਰਾਹ ਦੇ ਪਹਿਲੇ ਵੀਡੀਓ ਬਣਾਉਣੀਆਂ ਛੋੜ ਦਿੱਤੀਆਂ ਕਿਉਂਕਿ ਉਹਦੇ ਜਿਹੜਾ ਨਾ ਉਹਨੂੰ ਆਖਿਆ ਆਖਿਰ ਕਿਸੇ ਦੇ ਕਮੈਂਟ ਪੜਿਓ ਸੋ ਕੁਝ ਕੀਤਾ ਉਸ ਜ਼ੈਦ ਮਸਤੋਈ ਹੁਣ ਆਪਣੀ ਜਗ੍ਹਾ ਤੇ ਟਿਕ ਗਿਆ ਮੁਹੰਮਦ ਸ਼ਹਾਦ ਵੀ ਰੋਗਨ ਉਹ ਵੀ ਉਹਨਾਂ ਦੇ ਖਿਲਾਫ ਕੋਈ ਨਹੀਂ ਵੀਡੀਓ ਬਣਾਈਦੇ ਉਹ ਵੀ ਉਹਨਾਂ ਦੇ ਤੇ ਵਿੱਚ ਇੱਕ ਅੱਜ ਮੈਂ ਵੀਡੀਓ ਵੇਦਾ ਪਿਉਮ ਬੜੀ ਜ਼ਰੂਰੀ ਗੱਲ ਏ ਵੀਡੀਓ ਇੱਕ ਮੈਂ ਵੇਦਾ ਪਿਉਮ ਉਸਾ ਕਿ ਜਣੇ ਯਾਰ ਮੈਂ ਜਣਾ YouTube ਤੋਂ ਥੋੜੀ ਜਿਹਾ ਘਾਟਾਂ ਔਰ TikTok ਤੇ ਮੇਰੇ ਅੱਛੇ ਖਾਸੇ ਫਾਲੋਅਰ ਹਨ ਤੇ ਜ਼ਾਹਿਦ ਮਸਤੋਈ ਨੇ ਮੇਰੇ ਬਾਰੇ TikTok ਤੇ ਵੀਡੀਓ ਚਾਰਜ ਦਿੱਤੀ ਹੈ ਚਾਰ ਤੇ ਵਾਤ ਪ੍ਰਾਈਵੇਟ ਕਰ ਦਿੱਤੀ ਸੋ ਕਿ ਉਹਦੇ ਤੱਕ ਨਾ ਪੜੇ ਹੁਣ ਪਤਾ ਨਹੀਂ ਇਹ ਗੱਲ ਇਹ ਜਿਹੜੀ ਮੈਂ ਵੀਡੀਓ ਚਾਹਤੇ ਆਂ ਥੰਬਨੇਲ ਚਾਹਤੇ ਆਂ ਇਹ ਮੈਂ ਉਸੇ ਚੈਨਲ ਤੋਂ ਚਾਹਤੇ ਆਂ ਜਿਹੜਾ ਅਦਬ ਉਸਾ ਕਹੇ ਬਈ ਜ਼ਾਇਦ ਮਸਤੋਈ ਵੇਲਾ ਮੁੰਡਾ ਔਰ ਤੇਰਾ ਨਿਜ਼ਾਮ ਸੈੱਟ ਥੇ ਗਿਆ ਹੁਣ ਤੂੰ ਤੇ ਮੈਂ ਤੂੰ ਜਾਣੇ ਤੇ ਮੈਂ ਜਾਣਾ ਹੁਣ ਅਗਰ ਸੋਸ਼ਲ ਮੀਡੀਆ ਤੇ ਇਹ ਹਾਲਾਤ ਚੜਦੇ ਰਏ ਤੇ ਸੋਸ਼ਲ ਮੀਡੀਆ ਬੇਕਾਰ ਹੋ ਵਈ ਸੋਸ਼ਲ ਮੀਡੀਆ ਤੇ ਲੋਗ ਵੇਖਣਾ ਔਰ ਕਮੈਂਟ ਕਰਨਾ ਔਰ ਸਬਸਕ੍ਰਾਈਬ ਕਰਨਾ ਔਰ ਮੁਹੱਬਤ ਕਰਨਾ ਛੋੜ ਵਈ ਸਨ ਅਗਰ ਇਸ ਤਰੀਕੇ ਹਰ ਯੂਟਿਊਬਰ ਇੱਕ ਦੂਸਰੇ ਦੇ ਖਿਲਾਫ ਵੀਡੀਓ ਬਣਾਈ ਰੱਖੇ ਕਿਉਂਕਿ ਅਸਾਂ ਕਿਸੇ ਦੇ ਖਿਲਾਫ ਕਦੀ ਨਾ ਵੀਡੀਓ ਬਣਾਈਏ ਨਾ ਕਦੀ ਜ਼ਿੰਦਗੀ ਬਣਾਵੜੀਏ ਤੇ ਬਾਕੀ ਜਿਹੜਾ ਨਾ ਜ਼ੈਦ ਮਸਤੋਈ ਨਾਲ ਮੇਰਾ ਰਾਬਤਾ ਥੀ ਆਏ ਜ਼ੈਦ ਮਸਤੋਈ ਨੂੰ ਬੜਾ ਜਲਦੀ ਔਰ ਬਹੁਤ ਜਲਦੀ ਮੈਂ ਮਿਲਣ ਵੇਦਾ ਪਿਆ ਇਨਸ਼ਾਅੱਲਾ ਤੁਸਾਂ ਸਾਰੇ ਭਾਈ ਮੇਰੇ ਨਾਲ ਰਸੋ ਆਪਾਂ ਸਾਰੀਆਂ ਮੁਹੰਮਦ ਸ਼ਹਜ਼ਾਦ ਔਰ ਵੇਲੇ ਮੁੰਡੇ ਦੇ ਜਾ ਤੇ ਗੱਲਾਂ ਪੁੱਛਾਂ ਕਿ ਕਿਵੇਂ ਕਿਵੇਂ ਗੱਲ ਬਾਤ ਬਣੀ ਹੈ ਤੇ ਬਾਕੀ ਜਿਹੜਾ ਵੇਲੇ ਮੁੰਡੇ ਨੂੰ ਇਤਨਾ ਵੱਡਾ ਬ੍ਰਾਂਡ ਹੈ ਕਾਫੀ ਜਿਤਨੇ ਵੱਡੇ ਵੱਡੇ ਜਿਹੜੇ ਨਾਲ ਲੋਕ ਹਨ ਯੂਟਿਊਬਰ ਹਨ ਬੜੇ ਵੱਡੇ ਸਿੰਗਰ ਹਨ ਔਰ ਐਕਟਰ ਹਨ ਇਹਨਾਂ ਨੂੰ ਜਿਹੜਾ ਮਾਰ ਕੇ ਵੀਡੀਓ ਵਿਊਜ਼ ਪਾਉਣੀ ਹੈ ਨਾ ਇਹ ਬੜੀ ਗਲਤ ਗੱਲ ਹੈ ਕਿਉਂਕਿ ਹਰ ਬੰਦਾ ਉਹਨਾਂ ਦੇ ਕਿਦੋਂ ਉਹਨਾਂ ਕਿਦੋਂ ਵੀਡੀਓ ਚਾਹਤੇ ਮਾਰਤੇ ਤੇ ਉਹਨਾਂ ਦਾ ਥੰਬਨੇਲ ਲਾਤੇ ਉਹਨਾਂ ਦੇ ਖਿਲਾਫ ਵੀਡੀਓ ਬਣਾਦੇ ਬਣਾ ਇਸ ਤਰੀਕੇ YouTube ਨੇ ਅਸਾਨੂੰ ਸ਼ੋਹਰਤ ਮਿਲੇ ਨਾ ਮਿਲੇ ਉਸ ਰੱਬ ਦੇ ਵਿਣੀ ਉਹ ਰੱਬ ਦੀ ذات ਜਿਹਨੂੰ ਚਾਵੇ ਜਿਸ ਟਾਈਮ ਚਾਵੇ ਸ਼ੋਹਰਤ ਔਰ ਇੱਜ਼ਤ ਔਰ ਜਿਹੜਾ ਨਾ ਜ਼ਿੰਦਗੀ ਦੇ ਸਕਦੀ ਹੈ ਬਾਕੀ ਕਿਸੇ ਦੇ ਖਿਲਾਫ ਗਲਤ ਬੋਲਣ ਨਾਲ ਬਾਕੀ ਕਿਸੇ ਦੇ ਖਿਲਾਫ ਗਲਤ ਵੀਡੀਓ ਬਣਾਉਣ ਨਾਲ ਗਲਤ ਕਮੈਂਟ ਕਰਨ ਨਾਲ ਕਦੀ ਬੰਦਾ ਕਾਮਯਾਬ ਨਹੀਂ ਹੋ ਸਕਦਾ ਕੋਈ ਵੀ ਯੂਟਿਊਬਰ ਮੇਰਾ ਭਾਈ ਹੈ ਕੋਈ ਵਲੋਗਰ ਹੈ ਕੋਈ ਕਈ ਕਿਸਮ ਦੇ ਵੀਡੀਓ ਬਣੇਦਾ ਹੈ ਇਹ ਜਿਹੜਾ ਨਾ ਸਾਰਾ ਬੰਦ ਕਰ ਦੇਵਨ ਆਪਣੇ ਖੁਦ ਕੰਟੈਂਟ ਲੈ ਕੇ ਆਵਨ ਸੋਸ਼ਲ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਨੂੰ ਵਿਖਾਵਨ ਲੋਕਾਂ ਨੂੰ ਵਿਖਾਵਨ ਕਿ ਸਾਡੇ ਅੰਦਰ ਕਿਤਨਾ ਜਜ਼ਬਾ ਹੈ ਕਿਤਨਾ ਜੜਾ ਨਾ ਹੌਸਲਾ ਹੈ ਔਰ ਕਿਤਨਾ ਸਾਡੇ ਅੰਦਰ ਕਰੰਟ ਹੈ ਕਿਉਂਕਿ ਮੇਰੇ ਦੋਸਤੋ ਇਸ ਤਰੀਕੇ ਹਰ ਬੰਦੇ ਨੂੰ ਮੈਂ ਗੁਜ਼ਾਰਿਸ਼ ਕਰਨਾ ਕਿ ਭਾਈ ਜਦ ਮਸਤੋਈ ਅਗਰ ਤੁਹਾਡੇ ਤੱਕ ਮੇਰੇ ਵੀਡੀਓ ਪਹੁੰਚੇ ਤੇ ਇਨਸ਼ਾਅੱਲਾ ਤੁਹਾਡੇ ਅੱਗੇ ਮੈਂ ਗੁਜ਼ਾਰਿਸ਼ ਕਰਨਾ ਕਿ ਜਿੱਤੇ ਕੋ ਵੇਲੇ ਮੁੰਡੇ ਔਰ ਤੇਰੀ ਦੋਸਤੀ ਔਰਤ ਦੇ ਵਿੱਚ ਦਰਾਲ ਪੈ ਗਈ ਏ ਇਹਦੇ ਵਿੱਚ ਲਿਆਜ਼ਾ ਤੁਸੀਂ ਜਿਹੜਾ ਨਾ ਹੁਣ ਖਤਮ ਕਰ ਦਿਓ ਤੂੰ ਆਪਣੇ ਕੰਟੈਂਟ ਤੇ ਕੰਮ ਕਰ ਉਹ ਆਪਣੇ ਕੰਟੈਂਟ ਇਹ ਜਿਹੜਾ ਮੋਨੋਟਾਈਜ਼ ਚੈਨਲ ਨੂੰ ਮੋਨੋਟਾਈਜ਼ ਕਰਵਾਉਣਾ ਚਾਹੁੰਦੇ ਕਰਵਾਉਣਾ ਚਾਹੁੰਦੇ ਨੇ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਕਿਉਂਕਿ ਵੇਲੇ ਮੁੰਡੇ ਮਿਲਣ ਦੇ ਮੈਂ ਕਾਫੀ ਵਾਰੀ ਉਹਨਾਂ ਨੂੰ ਮਿਲਿਆ ਤਿੰਨ ਚਾਰ ਵਾਰੀ ਮਿਲਿਆ ਅੱਜ ਮੈਂ ਤੁਹਾਨੂੰ ਆਪਣੇ ਦਿਲ ਦੀ ਔਰ ਜ਼ਰੂਰੀ ਗੱਲ ਕਰਨਾ ਚਾਹੁੰਦਾ ਮੁਹੰਮਦ ਸ਼ਹਾਦਤ ਔਰ ਵਿਲਾ ਮੁੰਡਾ ਮੇਰੀ ਹੁਣ ਵੀ ਉਹ ਨਾਲ ਵਟਸਐਪ ਤੇ ਗੱਲ ਹੁੰਦੀ ਹੈ ਮੈਂ ਜਦੜੀ ਉਹਨੂੰ ਮਿਲਿਆ ਉਸ ਮਿਲਣ ਦੇ ਕੋਈ ਪੈਸੇ ਨਹੀਂ ਲਏ ਪ੍ਰਮੋਸ਼ਨ ਦੇ ਮੈਂ ਖੁਦ ਜ਼ਾਤੀ ਹੋਂਵਾ ਕਿ ਸੈਲਫ ਜ਼ਾਦਾ ਵਕਾਰ ਸੁਲਤਾਨ ਬੜੇ ਬਹੁਤ ਬੜੀ ਹਸਤੀਏ ਜਿਨਾਂ ਦੀ ਤਰਫੋਂ ਮੈਂ ਮਿਲਿਆ ਹਮੂ ਤੇ ਉਹਨਾਂ ਦੇ ਨਾਲ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਔਰ ਵੇਲੇ ਮੁੰਡੇ ਤੇ ਮੇਰੀ ਪਰਸਨਲ ਗੱਲ થઈਏ ਉਸ ਆਖਿਆ ਭਾਈ ਮੈਂ ਮਿਲਣ ਦੇ ਕੋਈ ਪੈਸੇ ਨਹੀਂ ਲੈਂਦਾ ਮੈਂ ਜਦੋਂ ਨਹੀਂ ਪੈਸੇ ਲਈਸਾ ਚੈਨਲ ਪ੍ਰੋਮੋਸ਼ਨ ਕਰਨ ਦੇ ਪੈਸੇ ਲਈਸਾ ਪ੍ਰੋਮੋਸ਼ਨ ਦਾ ਪ੍ਰੋਮੋਸ਼ਨ ਦਾ ਨਾ ਹਰ ਕਿਸ ਨੂੰ ਆਮ ਦਾ ਪਰ ਪ੍ਰੋਮੋਸ਼ਨ ਦਾ ਪਤਾ ਕਿਸ ਨੂੰ ਕੋਈ ਨਹੀਂ ਇਸ ਵੀਡੀਓ ਦੇ ਵਿੱਚ ਇਹ ਵੀ ਜਾਣ ਲਿਓ ਕਿ ਪ੍ਰਮੋਸ਼ਨ ਦਾ ਇਹ ਫਾਇਦਾ ਕਿ ਮੈਂ ਮੁਹੰਮਦ ਸ਼ਹਜ਼ਾਦ ਦਰਵੈਨਾ ਉਹਨਾਂ ਦਾ ਯਾਰ ਮੇਰਾ ਚੈਨਲ ਪ੍ਰਮੋਸ਼ਨ ਕਰ ਉਹਦਾ ਇਹ ਮਤਲਬ ਹੈ ਉਸ ਮੇਰੇ ਨਾਲ ਇੱਕ ਵੀਡੀਓ ਬਣਾਉਣੀ ਹੈ ਇੱਕ ਵੀਡੀਓ ਬਣਾ ਤੇ ਉਸ ਤੋਂ ਬਾਅਦ ਉਸ ਜਿਹੜਾ ਨਾ ਆਪਣੇ ਚੈਨਲ ਤੇ ਮੇਰੀ ਵੀਡੀਓ ਲੈ ਤੇ ਆਮ ਸੀ ਔਰ ਆਪਣੇ ਲੋਕਾਂ ਨੂੰ ਆਖ ਸੀ ਕਿ ਭਾਈ ਜਿਤਨੇ ਮੇਰੇ ਚਾਹਵਣ ਵਾਲੇ ਜਿਤਨੇ ਮੇਰੇ ਸਬਸਕ੍ਰਾਈਬਰ ਹਨ ਸਾਰੇ ਇਸ ਵੀਡੀਓ ਤੇ ਆਓ ਇਹਦੇ ਚੈਨਲ ਤੇ ਆਓ ਬੰਨੇ ਖਾਨ ਤੇ ਇਹਨੂੰ ਸਪੋਰਟ ਕਰੋ ਚੈਨਲ ਪ੍ਰਮੋਸ਼ਨ ਕਰਨ ਦਾ ਇਹ ਫਾਇਦਾ ਉਹ ਮਣ ਜਿਤਨੇ ਕੋ ਦੇ ਸਬਸਕ੍ਰਾਈਬਰ ਹੋਸਨ ਉਹ ਜਨਾਬ ਆਪਾਂ ਜਿਹੜਾ ਨਾ ਇਸ ਸਟੈਂਡ ਤੇ ਮੋਬਾਈਲ ਆਇਆ ਇਸ ਸਟੈਂਡ ਟੁੱਟ ਗਿਆ ਇਨਸ਼ਾਅੱਲਾ ਜਨਾਬ ਇਨਸ਼ਾਅੱਲਾ ਜਨਾਬ ਉਮੀਦ ਕਰਾਂ ਸਾਂ ਅੱਜ ਦੀ ਛੋਟੀ ਜਿਹੀ ਵੀਡੀਓ ਬੜੀ ਆਪ ਨੂੰ ਪਸੰਦ ਆਈ ਸੋ ਬਈ ਵੀਡੀਓ ਪਸੰਦ ਆਈ ਚੈਨਲ ਤੋਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਮਾਰ ਲਿਓ ਇਨਸ਼ਾਅੱਲਾ ਇਸੇ ਤਰੀਕੇ ਜਾਣਕਾਰੀਆਂ ਔਰ ਨਵੀਂ ਨਵੀਆਂ ਵੀਡੀਓ ਤੁਹਾਡੇ ਸਾਹਮਣੇ ਆਉਂਦੀ ਰਹਿਣ ਤੇ ਇਸ ਵੀਡੀਓ ਮੈਨੂੰ ਇਜਾਜ਼ਤ ਦਿਓ ਦੁਆ ਕਰੋ ਕਿ ਮੈਂ ਜ਼ਾਹਿਦ ਮਸਤੋਈ ਔਰ ਵੇਲੇ ਮੁੰਡੇ ਦੀ ਜਿਹੜਾ ਨਾ ਦੋਵਾਂ ਨੂੰ ਅੱਜ ਤੇ ਮਿਲਾਂ ਔਰ ਉਹਨਾਂ ਦੇ ਦਿਲ ਦੀਆਂ ਗੱਲਾਂ ਜਾਣਾਂ ਇਨਸ਼ਾਅੱਲਾ ਇਸ ਵੀਡੀਓ ਦੇ ਵਿੱਚ ਮੈਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼